ਤਤਿਸ ਦੀ ਗੱਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਦੇ ਆਪਾਂ ਮੌਸਮ ਦੇ ਸਬੰਧਤ ਇੱਕ ਸਮੁੰਦਰੀ ਤੂਫਾਨ ਜਿਹੜਾ ਕਿ ਅਰਬ ਸਾਗਰ ਦੇ ਵਿੱਚ ਵਿਕਸਿਤ ਹੋ ਰਿਹਾ ਜਿਸ ਦਾ ਨਾਮ ਰੱਖਿਆ ਗਿਆ ਹੈ ਤਾਉਟੇ ਸੋ ਇਸ ਤੂਫਾਨ ਦੇ ਸਬੰਧਤ ਹੀ ਜਾਣਕਾਰੀ ਅੱਜ ਦੀ ਆ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਦਾ ਭਾਰਤ ਦੇ ਕਿਹੜੇ ਕਿਹੜੇ ਸੂਬਿਆਂ ਉੱਪਰ ਪ੍ਰਭਾਵਿਤ ਕਿੰਨਾ ਪ੍ਰਭਾਵ ਰਹੇਗਾ ਤੇ ਪੰਜਾਬ ਉੱਪਰ ਇਸ ਦਾ ਕੀ ਪ੍ਰਭਾਵ ਰਹੇਗਾ ਤੇ ਕਦੋਂ ਪ੍ਰਭਾਵ ਪੈ ਸਕਦਾ ਹੈ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਹੋਵੇਗੀ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤਾਂ ਜੋ ਸਾਰੀ ਜਾਣਕਾਰੀ ਤੁਹਾਨੂੰ ਸਕਦੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਜਿਹੜੇ ਵੀ ਆਪਣੇ ਪਹਿਲੀ ਵਾਰ ਆ ਕੇ ਇਸ ਚੈਨਲ ਦੇ ਵੀਡੀਓ ਦੇਖ ਰਹੇ ਨੇ ਹੁਣ ਜਿਵੇਂ ਕਿ ਤੁਸੀਂ ਇਹ ਦੇਖ ਵੀ ਰਹੇ ਹੋ ਕਿ ਜਿਹੜਾ ਅਰਪ ਸਾਗਰ ਦੇ ਵਿੱਚ ਇਹ ਇੱਕ ਤੌਖ ਚੱਕਰਵਾਤੀ ਤੂਫਾਨ ਹੈ ਜਿਹੜਾ ਤਾਉ ਤੇ ਉਹ ਬਣਨਾ ਆਰੰਭ ਹੋ ਗਿਆ ਹੈ ਜਿਹੜਾ ਕਿ ਲਗਭਗ 16 ਜਾਂ 16 ਮਈ ਦੇ ਆਸ-ਪਾਸ ਇੱਕ ਜਿਹੜਾ ਡਿਪਰੈਸ਼ਨ ਜਾਨੀ ਕਿ ਲੋ ਪ੍ਰੈਸ਼ਰ ਏਰੀਆ ਦੇ ਵਿੱਚ ਤਬਦੀਲ ਹੋ ਜਾਵੇਗਾ ਤੇ ਆਪਣਾ ਪ੍ਰਭਾਵ ਆ ਜਿਹੜਾ ਹੋਰ ਵੱਡੇ ਪੱਧਰ ਉੱਪਰ ਦਿਖਾਉਣਾ ਸ਼ੁਰੂ ਕਰ ਦੇਵੇਗਾ ਇਸ ਤੂਫਾਨ ਨੇ ਲਕਸ਼ਦੀਪ ਵਿੱਚ ਪਿਛਲੇ 24 ਤੋਂ 36 ਘੰਟਿਆਂ ਦੇ ਵਿੱਚ ਲਗਭਗ 100 ਤੋਂ ਲੈ ਕੇ 150 ਮਿਲੀਮੀਟਰ ਤੱਕ ਵਰਖਾ ਦਿੱਤੀ ਹੈ ਜਾਨੀ ਕਿ ਇਹ ਜਿਹੜਾ ਤੂਫਾਨ ਹੈ ਕਾਫੀ ਜ਼ਿਆਦਾ ਪ੍ਰਭਾਵਕਾਰੀ ਹੈ ਤੇ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਇਸ ਦੇ ਵਿੱਚ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ ਸੁਣਨ ਦੇ ਵਿੱਚ ਜਿਹੜਾ ਨਾਮ ਤਾਉ ਤੇ ਉਹ ਕੋਫ ਕਾਫੀ ਜਿਹੜਾ ਅਨੋਖਾ ਜਿਹਾ ਲੱਗਦਾ ਹੈ ਤੇ ਇਸ ਦੇ ਸੰਬੰਧੀ ਵੀ ਦੱਸਦੀ ਕਿ ਜਿਸ ਦਾ ਜੋ ਨਾਮ ਹੈ ਤਾਉ ਤੇ ਉਹ ਮੀਆਮਾਰ ਦੇਸ਼ ਵੱਲੋਂ ਰੱਖਿਆ ਗਿਆ ਹੈ ਕਿਉਂਕਿ ਜਿਹੜੇ ਵੀ ਇਲਾਕੇ ਇਸ ਏਸ਼ੀਆ ਦੇ ਜਿਹੜੇ ਕਿ ਇਸ ਸਮੁੰਦਰ ਅਰਬ ਸਾਗਰ ਹੋ ਗਿਆ ਜਾਂ ਫਿਰ ਆਪਣੇ ਬੰਗਾਲ ਦੀ ਖੜੀ ਦੇ ਨੇੜੇ ਪੈਂਦੇ ਹਨ ਤਾਂ ਜਦੋਂ ਵੀ ਇਹਨਾਂ ਇਲਾਕਿਆਂ ਵਿੱਚ ਤੂਫਾਨ ਬਣਦੇ ਹਨ ਤਾਂ ਉਹਨਾਂ ਦੇ ਨਾਮ ਇਨ੍ਹਾਂ ਹੀ ਦੇਸ਼ਾਂ ਦੁਆਰਾ ਰੱਖੇ ਜਾਂਦੇ ਹਨ ਸੁਏਜੋ ਤੂਫਾਨ ਹੈ ਇਹ ਲਗਭਗ 16 ਮਈ ਤੋਂ ਆਪਣਾ ਪ੍ਰਭਾਵਕਾਰੀ ਰੂਪ ਆ ਭਾਰਤ ਦੀਆਂ ਤੱਟੀ ਸਰਹੱਦਾਂ ਉੱਤੇ ਦਿਖਾਉਣਾ ਸ਼ੁਰੂ ਕਰ ਦੇਵੇਗਾ ਜਿਸ ਤੋਂ ਬਾਅਦ ਕੇਰਲਾ ਕarnataka ਤੋਂ ਲੈ ਕੇ ਗੁਆਹ ਹੋ ਗਿਆ ਤੇ ਅੱਗੇ ਮੁੰਬਈ ਤੋਂ ਲੈ ਕੇ ਗੁਜਰਾਤ ਤੱਕ ਦੇ ਜੋ ਇਲਾਕੇ ਹੋਣਗੇ ਉਹ ਇਸ ਦੇ ਅੰਡਰ ਪ੍ਰਭਾਵਿਤ ਹੋਣਗੇ ਜੇਕਰ ਇਸ ਦੇ ਰੂਟ ਦੀ ਗੱਲ ਕਰਤਾ ਇਸ ਦਾ ਆਪਾਂ ਤੁਹਾਨੂੰ ਰੂਟ ਵੀ ਦਿਖਾ ਦਿੰਦੇ ਹਾਂ ਇਸ ਤੂਫਾਨ ਦਾ ਰੂਟ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲਾਈਵ ਕਿ ਜਿਹੜਾ ਕੀ ਭਾਰਤ ਦੀਆਂ ਇਹਨਾਂ ਸਮੁੰਦਰੀ ਤਟਾਂ ਦੇ ਨਾਲ-ਨਾਲ ਇਹ ਅੱਗੇ ਪੱਛਮੀ ਖੇਤਰਾਂ ਵੱਲ ਨੂੰ ਵਧੇਗਾ ਤੇ ਇਸ ਤੋਂ ਪਹਿਲਾਂ ਇਹ ਗੁਆ ਤੋਂ ਲੈ ਕੇ ਮੁੰਬਈ ਅਤੇ ਗੁਜਰਾਤ ਤੱਕ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਇਹਨਾਂ ਦਿਨਾਂ ਦੇ ਵਿੱਚ ਲੱਗੇ ਜਿਹੜੇ ਪ੍ਰਭਾਵਿਤ ਕਰਨ ਦੇ ਦਿਨ ਹੋਣਗੇ ਲਗਭਗ 16 ਤੋਂ ਲੈ ਕੇ 18 ਮਈ ਦੇ ਕਰੀਬ ਦੇ ਹੋਣਗੇ ਤੇ ਇਹਨਾਂ ਇਲਾਕਿਆਂ ਵਿੱਚ ਹਵਾਵਾਂ ਹੋਣਗੀਆਂ ਜਿਹੜੀਆਂ 100 ਤੋਂ ਲੈ ਕੇ 120 25 ਕਿਲੋਮੀਟਰ ਤੱਕ ਚੱਲ ਸਕਦੀਆਂ ਨੇ ਕਿਉਂਕਿ ਜੋ ਇਸ ਦਾ ਸੈਂਟਰ ਹੋਵੇਗਾ ਤਾਂ ਉਸ ਦੇ ਵਿੱਚ ਲਗਭਗ 150 ਕਿਲੋਮੀਟਰ ਦੀਆਂ ਹਵਾਵਾਂ ਚੱਲਣ ਦੇ ਅਸਾਰ ਬਣ ਰਹੇ ਨੇ ਤੇ ਲਗਭਗ 18 ਕੁ ਮਈ ਦੇ ਕਰੀਬ ਆਉਂਦੇ 17 ਜਾਂ 18 ਦੀ ਇਹ ਗੁਜਰਾਤ ਵਿੱਚ ਦਾਖਲ ਹੋ ਜਾਵੇਗਾ ਤੇ ਗੁਜਰਾਤ ਦੇ ਇਲਾਕਿਆਂ ਦੇ ਵਿੱਚ ਭਾਰੀ ਵਰਖਾ ਦੇਣ ਦੇ ਜਿਹੜੇ ਅਸਾਰ ਜਿਆਦਾ ਬਣੇ ਹੋਏ ਨੇ ਸੋ ਗੁਜਰਾਤ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਅਲਰਟ ਆ ਜਾਰੀ ਕਰ ਦਿੱਤਾ ਗਿਆ ਹੈ ਤੇ ਜਿਹੜੀ ਅਨਿਧੀ ਥੋੜੀ ਜੀ ਅਨੋਖੀ ਗੱਲ ਇਹ ਹੈ ਕਿ ਜਿਹੜਾ ਸਿਸਟਮ ਹੈ ਥੋੜਾ ਜਿਹਾ ਪੰਜਾਬ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਸੋ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਹੁਣ ਇਹ ਗੁਜਰਾਤ ਤੋਂ ਬਾਅਦ ਅੱਗੇ ਰਾਜਸਥਾਨ ਵੱਲ ਨੂੰ ਇਹਦਾ ਰੂਟ ਬਣਿਆ ਹੈ ਹਾਲਾਂਕਿ ਇਹ ਕਮਜ਼ੋਰ ਪੈ ਰਿਹਾ ਹੈ ਪਰ ਫਿਰ ਵੀ ਇਹਦਾ ਜੋ ਪ੍ਰਭਾਵ ਹੈ ਪੰਜਾਬ ਦੇ ਉੱਪਰ ਆਪਾਂ ਨੂੰ ਲਗਭਗ 19 ਤੋਂ ਲੈ ਕੇ 20 ਮਈ ਦੇ ਦੌਰਾਨ ਦੇਖਣ ਨੂੰ ਮਿਲੇਗਾ 19 ਤਰੀਕ ਤੋਂ ਪੰਜਾਬ ਦੇ ਵਿੱਚ ਹਵਾਵਾਂ ਹੋਣਗੀਆਂ ਉਹ ਪੂਰਬੀ ਦਿਸ਼ਾ ਤੋਂ ਲਗਭਗ ਕਾਫੀ ਚੰਗੀ ਤੇਜ਼ ਰਫ਼ਤਾਰ ਫੜ ਸਕਦੀਆਂ ਨੇ ਸੋ ਇਹ ਹੋਵੇਗਾ ਰੇਨਫਾਲ ਡਾਟਾ ਜਿਹੜਾ ਕਿ 19 ਅਤੇ 20 ਮਈ ਦੇ ਲਗਭਗ ਹੋਵੇਗਾ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਾਫੀ ਜ਼ਿਆਦਾ ਸੰਘਣਾ ਮੀਂਹ ਪੰਜਾਬ ਦੇ ਵਿੱਚ 19 ਅਤੇ 20 ਮਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਆਪਾਂ ਗੱਲ ਕਰੀਏ ਤਾਂ 20 ਤੋਂ ਲੈ ਕੇ 30 ਮਿਲੀਮੀਟਰ ਤੱਕ ਦੀ ਵਰਖਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋ ਸਕਦੀ ਹੈ ਸੋ ਇਹ ਜੋ ਚੱਕਰਵਾਤੀ ਤੂਫਾਨ ਨੇ ਇਹ ਜਿਹੜਾ ਹੁਣ ਦਾ ਰੂਟ ਹੈ ਇਹ ਲਗਭਗ ਆਪਾਂ ਗੱਲ ਕਰੀਏ ਵੀ 14 ਮਈ ਦੇ ਆਸ-ਪਾਸ ਦੀ ਰਿਪੋਰਟ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਤਬਦੀਲੀ ਆ ਸਕਦੀ ਹੈ ਕਿਉਂਕਿ ਇਹ ਜਿਹੜੇ ਚੱਕਰਵਾਤੀ ਤੂਫਾਨ ਨੇ ਇਹਨਾਂ ਦਾ ਰਸਤਾ ਜਿਹੜਾ ਅਚਾਨਕ ਹੀ ਬਦਲਦਾ ਰਹਿੰਦਾ ਹੈ ਜੋ ਹੁੰਦੇ ਅਸਰ ਨੇ ਉਸ ਮੁਤਾਬਕ ਕੇ ਪੰਜਾਬ ਉਪਰ ਆਪਣਾ ਪ੍ਰਭਾਵ 19 ਅਤੇ 20 ਮਈ ਨੂੰ ਦਿਖਾਵੇਗਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਲੈ ਕੇ ਬਹੁਤ ਭਾਰੀ ਵਰਖਾ ਵੀ ਦੇਖਣ ਨੂੰ ਮਿਲ ਸਕਦੀ ਹੈ ਹਵਾਵਾਂ ਹੋਣਗੀਆਂ ਉਹ 30 ਤੋਂ ਲੈ ਕੇ 50 ਕਿਲੋਮੀਟਰ ਪ੍ਰਸਾਰ ਤੱਕ ਵੱਖ-ਵੱਖ ਇਲਾਕਿਆਂ ਵਿੱਚ ਭੱਗ ਸਕਦੀਆਂ ਨੇ ਤੇ ਜੇਕਰ ਇਸ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਾਂ ਫਿਰ ਇਸ ਦਾ ਰੂਟ ਬਦਲਦਾ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਵਰਖਾ ਦੇ ਚਾਂਸ ਵੰਡੇ ਰਹੇ ਉਹ ਖਤਮ ਹੋ ਸਕਦੇ ਨੇ ਜਾਂ ਫਿਰ ਥੋੜੇ ਜਿਹੇ ਘੱਟ ਵੀ ਹੋ ਸਕਦੇ ਨੇ ਕਿਉਂਕਿ ਹਾਲੇ ਲਗਭਗ 1 ਹਫਤੇ ਦੇ ਕਰੀਬ ਜਾਣੀ ਕਿ 6 ਤੋਂ 7 ਦਿਨ ਬਾਕੀ ਨੇ ਤੇ ਬਾਕੀ ਜਿਵੇਂ ਵੀ ਇਸ ਦੀ ਨਵੀਂ ਅਪਡੇਟ ਆਉਂਦੀ ਰਹੇਗੀ ਉਹ ਆਪਾਂ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਾਂਗੇ ਸੋ ਜੀ ਹੁਣ ਆਪਾਂ ਸੰਖੇਪ ਵਿੱਚ ਕਹੀਏ ਤਾਂ ਇਹ ਸਮੁੰਦਰੀ ਤੂਫਾਨ ਹੈ ਲਗਭਗ 19 ਤੇ 20 ਮਈ ਨੂੰ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਨਾਲ ਜਿਹੜਾ ਕੁਝ ਇਲਾਕਿਆਂ ਵਿੱਚ ਭਾਰੀ ਤੋ ਲੈ ਕੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਤੇ ਅਜਿਹਾ ਹੀ ਮਾਹੌਲ ਨਾਲ ਲੱਗਦੇ ਆਪਣੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਰਾਜਸਥਾਨ ਦੇ ਵਿੱਚ ਖਾਸ ਤੌਰ ਤੇ ਹਵਾਵਾਂ ਜਿਹੜੀਆਂ ਕਹੇ ਸਕਦੇ 70-100 ਕਿਲੋਮੀਟਰ ਤੱਕ ਚੱਲ ਸਕਦੀਆਂ ਨੇ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ 18 ਤੋਂ ਲੈ ਕੇ 20 ਮਈ ਦਰਮਿਆਨ